ਅਕਸਰ ਜਦੋਂ ਫਸਲਾਂ ਪੱਕ ਜਾਂਦੀਆਂ ਨੇ ਉਦੋਂ ਕਿਸਾਨ ਦੇ ਉੱਤੇ ਰੱਬ ਦੀ ਮਾਰ ਪੈਂਦੀ ਆ। ਕੁਛ ਅਜਿਹਾ ਹੀ ਮੰਜ਼ਰ ਪਟਿਆਲਾ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਪੱਕੀਆਂ ਹੋਈਆਂ ਫਸਲਾਂ ਹੈਗੀਆਂ ਨੇ ਉਹਨਾਂ ਦੇ ਉੱਤੇ ਮੌਸਮ ਦਾ ਜਿਹੜਾ ਕਹਿਰ ਵਰਿਆ, ਮੀਂਹ ਬਣ ਕੇ ਤਾਂ ਕਈ ਜਗ੍ਹਾ 'ਤੇ ਗੜੇਮਾਰੀ ਵੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਫਸਲਾਂ ਹੈਗੀਆਂ ਡਿੱਗ ਗਈਆਂ ਨੇ, ਔਰ ਜਿਹੜੇ ਕਿਸਾਨ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਹੋਣੀ ਚਾਹੀਦੀ ਸੀ ਉਹਨਾਂ ਦੇ ਚਿਹਰੇ ਦੇ ਉੱਤੇ ਕਿਤੇ ਨਾ ਕਿਤੇ ਨਮੋਸ਼ੀ ਨਜ਼ਰ ਆ ਰਹੀ ਆ। ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਬਰਸਾਤ ਹੋਈ ਹੈਗੀ ਆ, ਇਸ ਦੇ ਨਾਲ ਵੱਡਾ ਨੁਕਸਾਨ ਹੋਇਆ। ਕਿਸਾਨ ਵੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ, ਕੀ ਕਹਿਣਾ ਹੈਗਾ ਉਹਨਾਂ ਦਾ। ਬਾਈ ਜੀ ਕੀ ਨਾਂ ਤੁਹਾਡਾ? ਰਾਜਵਿੰਦਰ ਜੀ। ਰਾਜਵਿੰਦਰ ਜੀ, ਕਿੰਨਾ ਨੁਕਸਾਨ ਹੋਇਆ ਹੈਗਾ ਜਿਹੜੀ ਇਹ ਬੇਮੌਸਮੀ ਜਿਹੜੀ ਬਰਸਾਤ ਹੈਗੀ ਇਹਦੇ ਕਰਕੇ? ਨੁਕਸਾਨ ਬਹੁਤ ਜ਼ਿਆਦਾ ਹੈ ਜੀ। ਇਹ ਬੱਲੀਆਂ ਟੁੱਟ ਰਹੀਆਂ ਹਨੇਰੀ ਦੇ ਨਾਲ ਜੀ, ਨਾ ਕੁਛ ਗੜੇ ਨਾਲ, ਕੰਮ ਬਹੁਤ ਖਰਾਬ ਹੋ ਗਿਆ ਜੀ। ਜੀ ਜਿਸ ਤਰ੍ਹਾਂ ਗੱਲ ਕਰੀਏ ਪੱਕੀ ਹੋਈ ਫਸਲ ਹੈਗੀ ਆ ਤੁਹਾਡੀ, ਫਸਲ ਡਿੱਗ ਗਈ ਆ, ਤਾਂ ਹੁਣ ਕਿੰਨਾ ਕੁ ਜਿਹੜਾ ਝਾੜ ਹੈਗਾ ਉਹ ਘਟੂਗਾ? ਇਹਦਾ ਝਾੜ ਬਹੁਤ ਘੱਟ ਜਾਣਾ ਜੀ, ਘੱਟੋ ਘੱਟ ਵੀ 5% ਦਾ ਫਰਕ ਪੈ ਜਾਣਾ ਜੀ ਕਿੱਲੇ ਮਗਰ। ਅਗਰ ਗੱਲ ਕਰੀਏ ਤਾਂ ਜਿਹੜਾ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਹੋ ਰਹੀ ਆ, ਉਸ ਕਰਕੇ ਜਿਹੜਾ ਬਰਸਾਤ ਹੈਗੀ ਆ ਉਹਦਾ ਜਿਹੜਾ ਮੌਸਮ ਹੈਗਾ ਬਦਲਦਾ ਜਾ ਰਿਹਾ, ਬੇਮੌਸਮੀ ਬਰਸਾਤ ਕਹਿ ਲਈਏ ਜਿਹਨੂੰ, ਜ਼ਿਆਦਾ ਹੋਣ ਲੱਗ ਪਈ ਹੈ, ਜਿਸ ਕਰਕੇ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ। ਹੋਰ ਵੀ ਕਿਸਾਨ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਉਹਨਾਂ ਦੀ ਵੀ ਜਿਹੜੀ ਫਸਲ ਹੈਗੀ ਆ ਉਹ ਖਰਾਬ ਹੋ ਗਈ ਹੈ। ਕਿੰਨੀ ਫਸਲ ਹੈਗੀ ਆ ਜਿਹੜੀ ਇਹ, ਕਿੰਨੀ ਖਰਾਬ ਹੋਈ ਹੈ, ਕਿੰਨੀ ਬਰਸਾਤ ਹੋਈ? ਦੇਖੋ ਜੀ, ਮੌਸਮ ਦੇ ਹਿਸਾਬ ਨਾਲ ਤਾਂ ਜੇ ਹਜੇ ਵੀ ਮੌਸਮ ਅੱਜ ਸਾਫ਼ ਹੁੰਦਾ ਨਾ, ਕੁਛ ਨਾ ਕੁਛ ਮਤਲਬ ਜ਼ਿਮੀਦਾਰ ਬਚ ਸਕਦਾ, ਨਹੀਂ ਤਾਂ ਖਤਮ ਵਾਲੇ ਕੰਮ ਆਏ ਜੀ। ਅਗਰ ਗੱਲ ਕਰੀਏ ਤਾਂ ਜਿਹੜੀ ਫਸਲ ਹੈਗੀ ਆ ਕਿੰਨੀ ਕੁ ਖਰਾਬ ਹੋ ਗਈ ਹੈ, ਡਿੱਗਣ ਕਰਕੇ ਕਿੰਨਾ ਨੁਕਸਾਨ ਹੋਇਆ? 5% ਤਾਂ ਹੋਏ ਗਿਆ ਜੀ ਕਿੱਲੇ ਮਗਰ। ਹਵਾ ਤੇਜ਼ ਚੱਲਣਗੀਆਂ ਉਨਾ ਜ਼ਿਆਦਾ ਨੁਕਸਾਨ ਹੀ ਨੁਕਸਾਨ ਆ ਜੀ, ਵੱਧਦਾ ਹੀ ਆ ਰਿਹਾ ਕੰਮ ਘਟਣ ਦੀ ਬਜਾਅ। ਕਿੱਥੇ ਦਾ ਮੌਸਮ ਸਾਫ਼ ਹੋਣਾ ਸੀ ਜੀ, ਹੁਣ ਮਸ਼ੀਨਾਂ ਚੱਲਣੀਆਂ ਇਹਦੀਆਂ, ਇਹਦੇ ਹੁਣ ਸਾਰਾ ਕੁਛ ਖੜ ਗਿਆ ਜੀ। ਜੀ ਅਗਰ ਗੱਲ ਕਰੀਏ ਤਾਂ ਹੁਣ ਜਿਹੜੀ ਫਸਲ ਹੈਗੀ ਹੈ ਇਹਨੂੰ ਕੱਟਣ ਦੇ ਵਿੱਚ ਕਿੰਨੀ ਮੁਸ਼ਕਲ ਆਊਗੀ? ਬਹੁਤ ਮੁਸ਼ਕਲ ਆਉਣੀ ਹੈ ਜੀ, ਹੁਣ ਫਸਲ ਨਹੀਂ ਕਰਦੇ ਵੀ 30% ਦੀ ਤਾਂ ਥੱਲੇ ਰਹਿ ਜਾਣੀ ਹੈ ਜੀ, 30% ਦੀ ਫਸਲ ਜਿਹੜੀ ਉੱਪਰ ਨੂੰ ਕਪੈਨਾਂ ਚੱਲੀ ਜਾਣਗੀਆਂ, ਨਹੀਂ ਚੱਕ ਸਕਦੀਆਂ ਕਪੈਨਾਂ। ਸੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਪੰਜਾਬ ਦੇ ਵਿੱਚ ਫਸਲ ਹੈਗੀ ਆ ਹੁਣ ਜ਼ਿਆਦਾਤਰ ਹੱਥ ਨਾਲ ਜਿਹੜੀ ਵਾਢੀ ਹੈਗੀ ਆ ਉਹ ਖਤਮ ਹੋ ਗਈ ਆ, ਕਿਉਂਕਿ ਸਾਧਨ ਵੱਧ ਗਏ ਨੇ, ਕੰਬਾਈਨਾਂ ਆ ਗਈਆਂ, ਲੇਕਿਨ ਜਿਹੜੀ ਫਸਲ ਡਿੱਗ ਗਈ ਆ ਤਾਂ ਕਿਤੇ ਨਾ ਕਿਤੇ ਕੰਬਾਈਨ ਦਾ ਜਿਹੜਾ ਬਲੇਡ ਹੈਗਾ ਇਸ ਨੂੰ ਨਹੀਂ ਚੱਕਦਾ, ਜਿਸ ਕਰਕੇ ਜਿਹੜੇ ਕਿਸਾਨ ਹੈਗੇ ਉਹਨਾਂ ਦਾ ਵੱਡਾ ਨੁਕਸਾਨ ਹੁੰਦਾ। ਲੇਕਿਨ ਸਮੇਂ ਦੀਆਂ ਸਰਕਾਰਾਂ ਗੱਲਾਂ ਬਹੁਤ ਕਹਿੰਦੀਆਂ ਨੇ ਕਿ ਕਿਸਾਨਾਂ ਦੇ ਲਈ ਅਸੀਂ ਬਹੁਤ ਕੁਛ ਕਰਦੇ ਹਾਂ, ਲੇਕਿਨ ਇਸ ਤਰ੍ਹਾਂ ਦੇ ਜਿਹੜੇ ਮੌਸਮ ਹੈਗੇ ਨੇ, ਜਿਹੜੇ ਮੌਸਮ ਦੇ ਵਿੱਚ ਤਬਦੀਲੀਆਂ ਹੋ ਰਹੀਆਂ, ਕਿ ਸਰਕਾਰਾਂ ਇਸ ਦੇ ਲਈ ਕੁਛ ਕਰ ਸਕਦੀਆਂ? ਸ਼ਾਇਦ ਨਹੀਂ ਕਰ ਸਕਦੀਆਂ, ਲੇਕਿਨ ਫਿਰ ਵੀ ਅਸੀਂ ਸਵਾਲ ਜ਼ਰੂਰ ਇਹ ਚੁੱਕਾਂਗੇ ਕਿ ਆਖਿਰ ਇਹ ਬਦਲਦੇ ਮੌਸਮ ਦੇ ਨਾਲ ਜਿਹੜੇ ਕਿਸਾਨਾਂ ਦੇ ਨੁਕਸਾਨ ਹੁੰਦੇ ਨੇ, ਇਸ ਦੇ ਲਈ ਸਰਕਾਰਾਂ ਕੀ ਭਰਪਾਈ ਕਰਦੀਆਂ ਨੇ? ਪਟਿਆਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ, ਤਾਂ ਚੱਕੋ ਮੋਬਾਈਲ ਅਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ 'ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਅਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਫੇਸਬੁੱਕ ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ ਅਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।